ਵੀਰੋ ਸਸਤੀ ਕਾਲ ਦੀ ਸਾਰਿਆਂ ਨੂੰ ਆ ਜਿਹੜਾ ਫੋਨ ਤੁਸੀਂ ਮੇਰੇ ਹੱਥ ਦੇ ਵਿੱਚ ਵੇਖ ਰਹੇ ਹੋ ਨਾ ਇਹ ਰੈਡਮੀ ਦਾ ਫੋਨ ਆਗਾ ਤੇ ਇਹ ਟੁੱਟਿਆ ਨਹੀਂ ਡਿੱਗਿਆ ਨਹੀਂ ਕੁਝ ਨਹੀਂ ਹੋਇਆ ਇਹ ਚਾਰਜ ਤੇ ਲੱਗਿਆ ਪਿਆ ਸੀ ਫੋਨ ਚਾਰਜ ਤੇ ਲੱਗੇ ਫੋਨ ਨੂੰ ਜਦੋਂ ਬਾਪੂ ਜੀ ਨੇ ਚੱਕਿਆ ਮੈਂ ਪਿੰਡ ਠੂਲੀਵਾਲ ਦੇ ਵਿੱਚ ਆ ਠੂਲੇਵਾਲ ਦੇ ਵਿੱਚ ਇਹ ਪਹਿਲਾਂ ਹੀ ਮਿਸਟੇਕ ਹੋਈ ਹੈਗੀ ਮੈਥੋਂ ਠੂਲੇਵਾਲ ਨੂੰ ਠੂਲੇਵਾਲ ਕਹਿੰਦੀ ਤੇ ਇਹ ਫੋਨ ਚਾਰਜ ਤੇ ਲੱਗਿਆ ਹੋਇਆ ਸੀਗਾ ਇਬਾਪੂ ਤੋਂ ਜਾਣਦੇ ਆਪਾਂ ਵੀ ਕੀ ਗੱਲਬਾਤ ਸਾਰੀ ਹੋਈ ਗਈ ਇਹਦੇ ਬਾਰੇ ਮਬ ਕਿਵੇਂ ਕੇ ਮਚ ਗਿਆ ਜੀ ਇਹ ਬਸ ਜੀ ਇਹ ਨਾ ਮੈਂ ਜੋ ਰਾਤ ਨੂੰ 2 ਵਜੇ ਉੱਠਿਆ ਜੀ ਹੂੰ ਤੇ ਇਹ ਆਨ ਆਫ ਨਹੀਂ ਹੋ ਰਿਹਾ ਅੱਛਾ ਇੱਕ ਥਾਂ ਮੇੜਿਆ ਪਿਆ ਸੀ ਅੜਿਆ ਪਿਆ ਸੀ ਚੱਲੀ ਜਾਂਦਾ ਸੀ ਹੈਕ ਹੋਇਆ ਪਿਆ ਸੀਗਾ ਠੀਕ ਹੈ ਚਲੋ ਮੈਂ ਸੋਚਿਆ ਵੀ ਚਲ ਇਹਨੂੰ ਮੈਂ ਬੰਦ ਕਰ ਦਾਂ ਸੋਚ ਇਹਦੀ ਹੂੰ ਵੀ ਫੇਰ ਚਲਾ ਲੂੰਗਾ ਇਹਦੀ ਬਿਲਕੁਲ ਸੱਚ ਬੰਦ ਨਾ ਹੋਈ ਅੱਛਾ ਮੈਂ 2-3 ਮਿੰਟ ਚੱਕ ਕੇ ਲਾ ਕੇ ਆਪੇ ਬਿਸਤਰੀ 'ਚ ਹੀ ਬਹਿ ਗਿਆ ਅੱਛਾ ਇਹਨੂੰ ਇੱਕਦਮ ਮਤਲਬ ਅੱਗ ਪੈ ਗਈ ਠੀਕ ਐ ਹਨਾਰ ਵਗੂ ਜਿਵੇਂ ਆਪਾਂ ਪਟਾਖਾ ਚਲਾਉਣੇ ਨੇ ਦੀਵਾਲੀ ਮੇਰੇ ਹੱਥਾਂ ਦੇ ਵਿੱਚ ਸੀਗਾ ਮੈਂ ਚੱਕ ਕੇ ਦੂਰ ਛੱਡਤਾ ਜੀ ਠੀਕ ਐ ਅਗਰ ਮੇਰੇ ਬਿਸਤਰੇ 'ਚ ਇਹ ਚੱਲ ਜਾਂਦਾ ਤਾਂ ਹਾਦਸਾ ਵੱਡਾ ਹੋ ਸਕਦਾ ਹਾਂ ਵੱਡਾ ਜਾਂ ਹੋ ਸਕਦਾ ਆਪਣੀ ਜੇਬ ਦੇ ਜੇਬ ਦੇ ਵਿੱਚ ਪਾਇਆ ਹੁੰਦਾ ਹਾਂ ਜੇਬ ਦੇ ਵਿੱਚ ਪਾਇਆ ਹੁੰਦਾ ਹਾਂ ਤਾਂ ਹਨਾ ਸਰੀਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ ਇਸ ਕਰਕੇ ਇਹ ਤਾਂ ਜੇ ਇੱਕ ਆਈਟਮ ਦੇ ਤਰ੍ਹਾਂ ਹੀ ਨੇ ਜੀ ਉਦਰਤੀ ਬਚਤ ਹੋ ਗਈ ਜੀ ਬਚਤ ਹੋਣ ਵਾਲਾ ਕੰਮ ਹੈ ਨਹੀਂ ਸੀਗਾ ਕੋਈ ਪਰੋਸ਼ਾ ਨਹੀਂ ਕੀਤਾ ਜਾ ਸਕਦਾ ਇਹ ਮੋਬਾਈਲਾਂ ਤੇ ਅੱਜਕੱਲ ਬਿਲਕੁਲ ਆਪਾਂ ਨਾਰਮਲੀ ਆ ਨਾ ਇੰਟਰਨੈਟ ਤੇ ਵੀਡੀਓ ਵੇਖਦੇ ਆਂ ਵੀ ਕਈ ਵਾਰੀ ਸੀਸੀਟੀਵੀ ਕੈਮਰੇ ਦੀ ਵੀਡੀਓ ਹੁਣਾ ਦੇਖੋ ਜੀ ਚਾਰ ਸਫੇਰੋ ਮੱਚਿਆ ਪਿਆ ਜੀ ਇਹ ਆ ਬੈਟਰੀ ਬੂੰਟਰੀ ਇਹਦੀ ਸਾਰਾ ਕੁ ਮੱਚਿਆ ਪਿਆ ਹਾਂ ਦੇਖੋ ਹੂੰ ਫੋਨ ਤਾਂ ਨਵਾਂ ਹੀ ਸੀਗਾ ਇਹ ਸਾਲ ਵੀ ਨਹੀਂ ਹੋਇਆ ਜੀ ਹਜੇ ਸਾਲ ਵੀ ਨਹੀਂ ਹੋਇਆ ਨਾ ਹਾਂ ਸਾਲ ਵੀ ਨਹੀਂ ਹੋਇਆ ਜੀ ਅੰਡਰ ਵਾਰੰਟੀ ਸੀਗਾ ਇਹ ਹਾਂ ਜੀ ਅੱਛਾ ਇਹ ਤੁਸੀਂ ਬਾਪੂ ਉੱਥੇ ਦਿਖਾਇਆ ਨਹੀਂ ਮੈਂ ਤਾਂ ਗਏ ਨਹੀਂ ਮੈਨੂੰ ਟਾਈਮ ਹੀ ਨਹੀਂ ਮਿਲਿਆ ਜੀ ਅੱਛਾ ਜਾਣਦਾ ਹਾਂ ਜੀ ਇਹਦਾ ਬਿਲ ਬਿਲ ਹੈ ਬਿਲ ਮੇਰੇ ਕੋਲ ਹੈ ਨਹੀਂ ਜੀ ਗੁੰਮ ਕਮ ਹੋ ਗਿਆ ਕਿਉਂਕਿ ਨਹੀਂ ਤਾਂ ਮੈਂ ਦਿੱਲੀੋਂ ਲੈਤਾ ਸੀ ਅੱਛਾ 11 ਮਹੀਨੇ ਹੋ ਗਏ ਜੀ ਇਹਨੂੰ ਐਮਨੋ ਜੀ ਠੀਕ ਹੈ ਠੀਕ 10 ਮਹੀਨੇ ਹੋ ਗਏ ਜੀ ਮਹੀਨਾ ਬਾਅਦ ਲੇਤਾ ਹਾਂ ਹਾਂ ਜੀ ਚਲੋ ਬੇਲ ਤਾਂ ਪੂਰੇ ਇੰਡੀਆ ਦੇ ਵਿੱਚ ਹੀ ਵੈਲਿਡ ਹੁੰਦਾ ਹੈ ਨਾ ਜੇ ਹੁੰਦਾ ਆਪਾਂ ਮਤਲਬ ਦਿਖਾ ਸਕਦੇ ਸੀ ਪਰ ਇਹ ਵੀ ਹੋਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਇਹ ਮੱਚਿਆਗਾ ਹਾਂ ਜੀ ਬਿਲਕੁਲ ਜੀ ਆਹ ਤਾਂ ਨੰਬਰ ਨੰਬਰ ਤਾਂ ਹੈਗੇ ਜੀ ਵਿੱਚ ਇਹਦੇ ਜੇ ਕੰਪਨੀ ਕਵਰ ਕਰੇ ਕੰਪਨੀ ਬਹੁਤ ਪਤਨਾਮੀ ਆ ਜੀ ਬਿਲਕੁਲ ਜੀ 10 ਮਹੀਨਾ ਚ ਮੱਚ ਗਿਆ ਦੇਖੋ ਵੀਰੋ ਚਾਰਜ ਤੇ ਲੱਗਿਆ ਹੋਇਆ ਫੋਨ ਸੀਗਾ ਬਾਪੂ ਜੀ ਜਾਈ ਹਾਂ ਬਾਪੂ ਨੇ ਤਾਂ ਮਤਲਬ ਵੀ ਨੰਬਰ ਵੀ ਬਸ ਕਾਲਿੰਗ ਦਾ ਕੰਮ ਲੈਣੇ ਆ ਬਾਪੂ ਦਾ ਕੱਲਾ ਹੋਰ ਤਾਂ ਕੋਈ ਇਹ ਤਾਂ ਕੁਝ ਕਰਿਆ ਨਹੀਂ ਹਨਾ ਕਾਲਿੰਗ ਚਾ ਫੋਟੋ ਫੋਟੋ ਹਾਂ ਮਾੜਾ ਮੋਟਾ ਵਟਸਐਪ ਵਗੈਰਾ ਹੋਰ ਇੰਨਾ ਕੀ ਵਰਤੋਂ ਆਂਗੀ ਇਹਦੇ ਵਿੱਚ ਕੋਈ ਆਪਾਂ ਕਹਦੇ ਵੀ ਗੇਮ ਖੇਡਦੇਣ ਤੋਂ ਗਰਮ ਹੋ ਗਿਆ ਜਾਂ ਹੋਰ ਉਹ ਵੱਖਰੀ ਗੱਲ ਹੁੰਦੀ ਹੈ ਇੱਕ ਪਰ ਇਦਾਂ ਦਾ ਕੋਈ ਵਰਤੋਂ ਨਹੀਂ ਸੀਗੀ ਫੋਨ ਦੀ ਤੇ ਫੋਨ ਤੁਸੀਂ ਵੇਖ ਸਕਦੇ ਹੋ ਬਿਲਕੁਲ ਮੱਚ ਕੇ ਸਵਾਹ ਹੋ ਗਿਆ ਇੱਕ ਤਰ੍ਹਾਂ ਬਿੱਤੀ ਸੇਮੋ ਮੱਤ ਗਿਆ ਬਿੱਤੀ ਮੱਤ ਗਿਆ ਸੇਮ ਵੀ ਹਾਂਜੀ ਨਵਾਂ ਕਢਾਇਆ ਜੀ ਅੱਛਾ ਤਾਂ ਯੋ ਮੈਂ ਜਦੋਂ ਤੁਹਾਨੂੰ ਕਾਲ ਕੀਤੇ ਆ ਪੁੱਛੀ ਜਾਂ ਬਾਪੂ ਨੰਬਰ ਘਾ ਤੋ ਪੁੱਛੀ ਜਾਂਦਾ ਮੈਂ ਕੌਣ ਮੇਰੇ ਸਾਰੇ ਨੰਬਰੇ ਸਾਰੇ ਨੰਬਰ ਦੇ ਕੰਟੈਕਟ ਨੰਬਰ ਖਤਮ ਹੋ ਗਏ ਉਹ ਧਿਆਨ ਹੀ ਰੱਖਿਆ ਕਰੋ ਭਰਾਵੋ ਬਾਕੀ ਆਪਾਂ ਕਹਿ ਸਕਦੇ ਆਂ ਵੀ ਜਦੋਂ ਕਈ ਵਾਰੀ ਹੁਣ ਆਪਾਂ ਥੋੜਾ ਲੋ ਕੁਆਲਿਟੀ ਦੇ ਫੋਨ ਹੀ ਆਪਾਂ ਕਹਾਂਗੇ ਇਹਨੂੰ ਹਨਾ ਜਦੋਂ ਹਾਂ ਲੋ ਕੁਆਲਿਟੀ ਲੋ ਕੁਆਲਿਟੀ ਹੀ ਮੰਨਦੇ ਆਂ ਇਹ 50000 ਦੇ ਮੋਬਾਈਲ ਆ ਜੀ ਹਾਂ 7-8000 ਕਿਉਂਕਿ ਜੇ ਲੈਣਾਗਾ ਤਾਂ ਆਪਾਂ ਕੋਈ ਵਧੀਆ ਕੰਪਨੀ ਦਾ ਲਈਏ ਹਨਾ ਤਾਂ ਕਿ ਇਦਾਂ ਦੀ ਪ੍ਰੋਬਲਮ ਆਪਣਾ ਕਈ ਵਾਰੀ ਕੋਈ ਸਰੀਰ ਦੇ ਨਾਲ ਵੀ ਹਾਦਸਾ ਹੋ ਸਕਦਾ ਹਨਾ ਜੇ ਜੇਬ ਜੂਬ ਦੇ ਵਿੱਚ ਮੱਚ ਜੀ ਗੱਡੀ ਦੇ ਵਿੱਚ ਲਾਇਆ ਹੋਇਆ ਚਾਰਜ ਦੇ ਗੱਡੀ ਚ ਮੱਚ ਸਕਦਾ ਜੀ ਗੱਡੀ ਚ ਮੱਚ ਸਕਦਾ ਗੱਡੀ ਜੱਗ ਲੱਗ ਸਕਦੀ ਹੈ ਹਨਾ ਕੁਝ ਨਹੀਂ ਬੁਝਾਈ ਨਹੀਂ ਸਕਦੇ ਕੋਈ ਹਿੱਲੇ ਹੀ ਨਹੀਂ ਹਿੱਲੇ ਹੀ ਨਹੀਂ ਕੋਈ ਬਿਲਕ ਉਦੋਂ ਇਹਨੂੰ ਅੱਗ ਲੱਗੇ ਜੇ ਕੋਈ ਜਿਆਦਾ ਵੱਡਾ ਹਾਦਸਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਇੱਕ ਸਾਡੇ ਰਿਸ਼ਤੇਦਾਰ ਹਨ ਪਿਛਲੇ ਬਾਰੇ ਹੁਣ ਮੈਨੂੰ ਇਹ ਤੋਂ ਜੱਜਮੈਂਟ ਹੋ ਰਹੀ ਆ اچھا ਉਹਨਾਂ ਗੱਡੀ ਦੇ ਵਿੱਚ ਅੱਗ ਲੱਗੀ ਜੀ ਅੱਛਾ ਉਹ ਸਮੇਤ ਗੱਡੀ ਮਚ ਗਈ ਜੀ ਠੀਕ ਆ ਸਾਰੀ ਵਿੱਚ ਹੀ ਬੰਦਾ ਜੀ ਹਾਂ ਵਿੱਚ ਹੀ ਗੱਡੀ ਹੋ ਸਕਦਾ ਮੋਬਾਈਲ ਤੋਂ ਅੱਗ ਲੱਗੇ ਹੋ ਸਕਦਾ ਫੋਨ ਤੋਂ ਲੱਗੀ ਹੋਵੇ ਹਾਂਜੀ ਹੂੰ ਮੇਰੇ ਹੁਣ ਦਿਮਾਗ ਚ ਆ ਰਹੀ ਹੈ ਗੱਲ ਗੱਲ ਹੋ ਸਕਦੀ ਹੈ ਇਹ ਗੱਲ ਕਿਹੜੇ ਕਿੱਥੋਂ ਦੀ ਗੱਲ ਆਈ ਇਹ ਉਹੋ ਜੀ ਮੁੱਲਾਪੁਰ ਦੀ ਗੱਲ ਆ ਜੀ ਮੁੱਲਾਪੁਰ ਦੀ ਆ ਹਾਂਜੀ ਹੋ ਸਕਦਾ ਇਦਾਂ ਦੀ ਕੋਈ ਗੱਲ ਹੋਈ ਹੋਵੇ ਹਨਾ ਫੋਨ ਦੇ ਕਰਕੇ ਵੀ ਅਗ ਲੱਗ ਸਕਦੀ ਹੈ ਸੋ ਵੀਰੋ ਅਵੇਰ ਰਿਆ ਕਰੀ ਆਪਾਂ ਵੀ ਹਨਾ ਸਾਰੇ ਜਾਣੇ ਕਿਉਂਕਿ ਫੋਨ ਹੁਣ ਆਪਣਾ ਇੱਕ ਅੰਗ ਬਣ ਚੁੱਕਿਆ ਹੈਗਾ ਆਪਾਂ ਫੋਨ ਆਪਣੇ ਨਾਲ ਹੀ ਹੁੰਦਾ ਹਰ ਬਾਈ ਲਈ ਪਰ ਥੋੜੀ ਬਚਤ ਚੰਗੀ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਵੱਸੇ ਦੂਰ ਰੱਖੋ ਚਾਰ ਚੁਰਜ ਵੇਲੇ ਦੂਰ ਰੱਖੋ ਹਾਦਸਾ ਨਾ ਹੋਵੇ ਕੱਪੜਾ ਲੀਡਰ ਨਾਲ ਨੇੜੇ ਹੋਵੇ ਸੇਫ ਜਗਾ ਤੇ ਹੋਵੇ ਕਈ ਵਾਰੀ ਆਪਾਂ ਪਾਵਰ ਬੈਂਕ ਤੇ ਲਾ ਕੇ ਜੇਬਾਂ 'ਚ ਪਾ ਲੈਨੇ ਦੋਨੇ ਚੀਜ਼ ਜੇਬਾਂ 'ਚ ਨਾ ਪਾਓ ਜੀ ਉਹ ਵੀ ਗੱਲ ਗਲਤ ਹੋ ਸਕਦੀ ਹੈ ਜੀ ਹੁਣ ਜਿੰਨੇ ਵੀ ਬੰਦੇ ਨੇ ਦੇਖਿਆ ਮੇਰੇ ਕੋਲ ਹੁਣ ਸਾਰੇ ਬੰਦੇ ਮੋਬਾਈਲ ਦੂਰ ਰੱਖਣ ਲੱਗ ਗਏ ਤੇ ਬਾਕੀ ਅੱਗ ਬਹੁਤ ਛੇਦੀ ਪੈਂਦੀ ਹੈ ਜੀ ਹਾਂ ਛੇਦੀ ਪੈਂਦੀ ਹੈ ਨਿਕਲਦੀ ਵੀ ਖਤਰਨਾਕ ਢੰਗ ਨਾਲ ਆ ਪ੍ਰੈਸ਼ਰ ਬਣ ਕੇ ਨਿਕਲਦੀ ਹੈ ਕਿ ਅੱਗੇ ਦੇ ਵਿੱਚੋਂ ਨਿਕਲਦੀ ਹੈ